ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਬ੍ਰੇਕ ਤੋਂ ਬਾਅਦ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਸਭ ਦਾ ਵੀ, ਅਤੇ ਘਰਾਂ ਵਿੱਚ ਬੈਠੇ ਸਾਡੇ ਦਰਸ਼ਕਾਂ ਦਾ ਵੀ। ਅਤੇ ਹੁਣ ਘਰਾਂ 'ਚ ਬੈਠੇ ਦਰਸ਼ਕ ਸਾਡੇ ਜ਼ਰੂਰ ਸਮਝ ਗਏ ਹੋਣੇ ਆ ਕਿ ਹੁਣ ਮੈਂ ਕੁਰਸੀ ਤੋਂ ਉੱਠ ਗਿਆ, ਇਹਦਾ ਮਤਲਬ ਸਾਡੇ ਮਹਿਮਾਨ ਜਿਹੜੇ ਆਏ ਨੇ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ। ਅਤੇ ਫਟਾਫਟ ਕਰੀਏ ਟਾਈਮ, ਫਟਾਫਟ ਭੱਜਣ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਚੀਨਾ ਜਿੰਦਰਵਾਲ ਨੇ, ਪ੍ਰੋਫੈਸਰ ਸੋਰੀ ਪ੍ਰੋਪ ਰਾਈਟਰ ਇੰਦਰਜੀਤ ਸਿੰਘ। ਹਾਂਜੀ ਹਾਂਜੀ, ਠੀਕ ਠਾਕ ਹੋ ਜੀ? ਹਾਂਜੀ ਹਾਂਜੀ, ਬਹੁਤ ਵਧੀਆ ਜੀ। ਕੋਈ ਲਿਆਏ ਨਹੀਂ ਗਿਫਟ ਮੇਰੇ ਵਾਸਤੇ? ਗਿਫਟ ਜੀ, ਤੁਸੀਂ ਆਓ ਉੱਥੇ ਸਟੋਰ 'ਤੇ, ਤੁਹਾਨੂੰ ਉੱਥੇ ਦੇ ਦਿਆਂਗੇ। ਅਤੇ ਕਿਵੇਂ ਲੱਗਦਾ ਇੱਥੇ ਅੱਜ ਇਹਨਾਂ ਦਾ? ਇੱਥੇ ਬਹੁਤ ਵਧੀਆ ਜੀ, ਇਹਨਾਂ ਦਾ ਫੂਡ ਬਹੁਤ ਵਧੀਆ, ਨਵਾਂ ਰੈਸਟੋਰੈਂਟ ਖੁੱਲ੍ਹਿਆ ਐਲ ਗਰੁੱਪ ਦੇ ਵਿੱਚ, ਨੰਬਰ 1 ਫੂਡ ਆ। ਇੱਥੇ ਆਓ, ਸਾਰੇ ਜਣੇ ਨੂੰ ਆਉਣਾ ਚਾਹੀਦਾ। ਇਹ ਨੇ ਜੀ ਬਲਜਿੰਦਰ ਸਿੰਘ ਗਿੱਲ ਸਾਹਿਬ, ਜਿਹਨਾਂ ਜ਼ਿਕਰ ਕੀਤਾ ਸੀ, ਕੁਸ਼ਤੀ ਦੇ ਪਹਿਲਾਂ ਰੈਸਲਰ ਵੀ ਨੇ। ਹਾਂਜੀ। ਅਤੇ ਮੈਂ ਤੁਹਾਡੀ ਦੋਹਾਂ ਦੀ ਕੁਸ਼ਤੀ ਕਰਾਉਣ ਬਾਰੇ ਸੋਚ ਰਿਹਾ ਸੀ। ਅਤੇ ਜੀਤਾ ਗਿੱਲ ਦੇ ਵੱਡੇ ਬ੍ਰਦਰ ਨੇ, ਇਹ ਸਾਰਾ ਇੱਥੇ ਦਾ ਕੰਮ ਇਹ ਚਲਾਉਂਦੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ ਗ੍ਰੈਂਡ ਓਪਨਿੰਗ ਦੀਆਂ ਤੁਹਾਡੀਆਂ। ਥੈਂਕ ਯੂ ਜੀ, ਤੁਹਾਨੂੰ ਸਾਰਿਆਂ ਨੂੰ ਬਹੁਤ ਮੁਬਾਰਕਾਂ। ਤੁਸੀਂ ਇੱਥੇ ਆਏ, ਚੱਲ ਕੇ ਜੱਗੀ ਭਾਅ ਜੀ ਆਏ ਆ, ਤਾਂ ਬਹੁਤ ਵਧੀਆ। ਐਲ ਗਰੋ ਸਿਟੀ ਦਾ ਸਾਡਾ ਰਿਸਪੋਂਸ ਬਹੁਤ ਵਧੀਆ, ਆਪਣੀ ਕਮਿਊਨਿਟੀ ਬਹੁਤ ਵਧੀਆ ਲਾਈਕ ਕਰਦੀ ਹੈ ਫੂਡ ਨੂੰ, ਤਾਂ ਆਪਾਂ ਵਧੀਆ ਤੋਂ ਵਧੀਆ ਫੂਡ, ਫਰੈਸ਼ ਫੂਡ ਬਣਾ ਕੇ ਦਿੰਦੇ ਹਾਂ। ਤਾਂ ਅਸੀਂ ਕਹਿੰਦੇ ਮੋਰ ਵੱਧ ਤੋਂ ਵੱਧ ਇੱਥੇ ਆਉਣ, ਤਾਂ ਪਾਰਟੀਆਂ ਵੀ ਹੋਣ, ਬੁੱਕ ਕਰਾਉਣ ਸਾਰੇ ਜਣੇ। ਤਾਂ ਬਹੁਤ ਵਧੀਆ ਆਪਣਾ ਤੁਹਾਡਾ ਸਾਰਾ ਰਿਸਪੋਂਸ ਹੈਗਾ। ਅੱਛਾ, ਜੀਤੇ ਗਿੱਲ ਦੇ ਸੁਭਾਅ ਬਾਰੇ ਦੱਸੋ, ਨਿੱਕੇ ਲੜਦਾ ਨਹੀਂ ਤੁਹਾਡੇ ਨਾਲ? ਨਹੀਂ, ਨਿੱਕੇ ਹੁੰਦਾ ਘੁਲਦਾ ਬਹੁਤ ਵਧੀਆ ਹੁੰਦਾ ਹੈਗਾ। ਹਾਂਜੀ ਹਾਂਜੀ, ਆਪਸ ਘੁਲੇ ਬਹੁਤ ਘੁਲਦੇ ਰਹੇ, ਇਹਦੇ ਨਾਲ ਜ਼ੋਰ ਭੁਗਾਦੇ ਰਹੇ ਜੀ। ਅੱਛਾ, ਧੌਂਦਾ ਕੌਣ? ਇਹ ਵੀ ਢਾ ਲੈਂਦਾ ਕਈ ਵਾਰੀ, ਇਹ ਬੜਾ ਤੇਜ਼ ਹੁੰਦਾ ਜੀ। ਹਾਂਜੀ ਹਾਂਜੀ, ਬਹੁਤ ਸੋਹਣਾ ਘੁਲਦਾ ਹੁੰਦਾ। ਤੁਹਾਡੇ ਡੈਡੀ ਨੇ ਇਹਨਾਂ ਦਾ ਨਾਮ ਦੱਸ ਦਿਓ ਜੀ। ਹਾਂਜੀ, ਮੇਰਾ ਨਾਮ ਰਾਮ ਪ੍ਰਕਾਸ਼ ਸਿੰਘ ਗਿੱਲ ਜੀ। ਹਾਂਜੀ, ਕਿਵੇਂ ਲੱਗਦਾ ਜੀ? ਬਹੁਤ ਸੋਹਣਾ ਲੱਗਾ ਤੁਹਾਡਾ ਸਰ। ਮੁੰਡੇ ਭਲਵਾਨ ਨੇ, ਜਸ ਪੰਜਾਬੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਰੈਸਟੋਰੈਂਟ 'ਚ ਆਏ ਹੈਗੇ ਆ। ਬਾਕੀ ਇੱਥੇ ਦੇ ਐਲ ਗਰੋ ਜਿੰਨੇ ਵੀ ਪੰਜਾਬੀ ਕਮਿਊਨਿਟੀ ਹੈ, ਸਾਨੂੰ ਬਹੁਤ ਰਿਸਪੋਂਸ ਮਿਲ ਰਿਹਾ ਹਲੇ। ਅਸੀਂ ਵੱਧ ਤੋਂ ਵੱਧ ਉਹਨਾਂ ਨੂੰ ਰਿਸਪੋਂਸ ਦੇਵਾਂਗੇ, ਫਰੈਸ਼ ਫੂਡ ਦੇਵਾਂਗੇ, ਸਾਡੇ ਕੋਲ ਕੇਟਰਿੰਗ ਵੀ ਕਰਾਉਣ, ਜਿੱਦਾਂ ਦੀ ਵੀ ਹੋਵੇ, ਛੋਟੀ ਤੋਂ ਵੱਡੀ ਅਸੀਂ ਸਾਰੀ ਬੁੱਕ ਕਰਾਂਗੇ, ਉਹਨੇ ਡਿਸਕਾਊਂਟ ਵੀ ਦੇਵਾਂਗੇ। ਕਿੰਨੀ ਦੇਰ ਹੋ ਗਈ ਜੀ ਇਹਨੂੰ ਰੈਸਟੋਰੈਂਟ ਨੂੰ? ਇਹਨੂੰ ਅਸਾਂ 3 ਮਹੀਨੇ ਹੋ ਗਏ। 3 ਮਹੀਨੇ ਹੋਏ ਹੈ ਜੀ? ਹਾਂਜੀ, 3 ਮਹੀਨੇ। ਹਾਂਜੀ ਹਾਂਜੀ, ਪਹਿਲਾਂ ਹੋਰ ਸੀ ਓਨਰ। ਚਲੋ ਕੋਈ, ਅਸਾਂ 3 ਮਹੀਨੇ ਇੱਥੇ ਹੋਇਆ ਆਇਆ ਨੂੰ ਹੋਏ ਹਾਂ। ਹਾਂਜੀ, ਤਾਂ ਬਾਕੀ ਇਹ ਜਿਹੜੇ ਘੁਲਣ ਦੀ ਗੱਲ ਹੈਗੀ ਹੈ, ਛੋਟੇ ਹੁੰਦੇ ਬਾਪੂ ਸਾਡੇ ਘੁਲਦੇ ਹੁੰਦੇ, ਉਹਨਾਂ ਨੇ ਘੋੜਾ ਦੇ ਲਾ ਛੱਡਣਾ, ਮੈਂ ਇਹਨਾਂ ਨੂੰ ਕਹਿੰਦਾ ਸੀ ਕਬੱਡੀ ਖੇਡਣੀ ਆ। ਅੱਛਾ, ਇਹ ਮੈਂ ਕਬੱਡੀ ਖੇਡਦਾ ਸੀ ਤਾਂ ਵੇਟ ਲਿਫਟ ਕਰਦਾ ਸੀ, ਫੁੱਟਬਾਲ ਖੇਡਦਾ ਸੀ। ਅੱਛਾ, ਇਹਨਾਂ ਨੂੰ ਲਾ ਤਾ ਘੋੜਾ ਦੇ। ਬਾਪੂ ਸਾਡੇ ਕਹਿੰਦੇ ਜਿਹੜੇ ਆਪਣੇ ਸਿਰ ਤੇ ਗੇਮ ਹੁੰਦੀ ਉਹ ਹੁੰਦੀ ਹੈ, ਬਾਕੀ ਹੁੰਦੀ ਹੈ ਟੀਮ ਨਾਲ, ਜੇ ਟੀਮ ਚੰਗੀ ਤਾਂ ਗੇਮ ਚੰਗੀ ਹੈ। ਤਾਂ ਇਸ ਕਰਕੇ ਫਿਰ ਇਹ ਘੋੜਾ 'ਚ ਪਾ ਤੇ, ਦੋਨੇ ਗੋਲਡ ਮੈਡਲ ਪੰਜਾਬ ਦੇ, ਇਹ ਤਾਂ ਨੈਸ਼ਨਲ ਚੈਂਪੀਅਨ ਹੈਗਾ ਯੂਨੀਵਰਸਿਟੀ ਦਾ ਵੀ, ਬਲਜਿੰਦਰ ਜਿਹੜਾ ਵੱਡਾ, ਬੱਗਾ ਭਲਵਾਨ, ਜੀਤਾ ਭਲਵਾਨ, ਦੋਨੇ ਮਸ਼ਹੂਰ ਸੀਗੇ ਆਪਣੇ ਸਾਰੇ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ। ਕਿਹੜਾ ਪਿੰਡ ਕਿਹੜਾ ਤੁਹਾਡਾ? ਸਾਡੇ ਮਗੇਰੀਆਂ ਦੇ ਕੋਲ ਧਾਮੀਆਂ ਬੱਧਣਾ ਪਿੰਡ ਪੈਂਦਾ, ਧਾਮੀਆਂ ਛਿੰਝ ਪੈਂਦੀ ਵੱਡੀ, ਇਸ ਕਰਕੇ ਬੱਧਣ ਨਹਿਰ ਪੈਂਦੀ ਹੈ ਸਾਡੀ, ਇਸ ਕਰਕੇ ਬੱਧਣਾ ਪਿੰਡ ਮਸ਼ਹੂਰ ਹੈ ਸਾਡਾ ਸਾਰਿਆਂ ਤੋਂ। ਧਾਮੀ ਛਿੰਝ ਦੇ ਵਿੱਚ ਵੀ ਸਾਰਾ ਬੱਧਣਾ ਦਾ ਹੀ ਨਾਮ ਬੋਲਦਾ, ਪਹਿਲਾ ਇਨਾਮ ਸਾਡਾ ਹੁੰਦਾ ਉੱਥੇ ਵੱਡਾ ਸਾਰਿਆਂ ਤੋਂ, ਜਿਹੜਾ ਮਾਲੀ ਦਾ ਅਸੀਂ ਦਿੰਦੇ ਹਾਂ ਵੱਡੇ ਭਰਾਵਾਂ ਨੂੰ, 11,000 ਵੱਡੀ ਮਾਲੀ, 9,000 ਛੋਟੀ ਨੂੰ, ਬਾਕੀ ਅਸੀਂ 1 ਕੁਇੰਟਲ ਘਿਓ ਦਿੰਦੇ ਹਰ ਸਾਲ। ਵਾਹ ਜੀ ਵਾਹ, ਜਿਹੜੇ ਸਾਰੇ ਭਲਵਾਨਾਂ ਦੇ ਵਿੱਚ ਵੰਡ ਹੁੰਦੇ। ਜ਼ੋਰਦਾਰ ਤਾੜੀਆਂ ਮਾਰੋ ਜੀ, ਇੰਨਾ ਵਧੀਆ ਕੰਮ ਕਰਦੇ ਨੇ। ਅੱਛਾ, ਗੀਤਾ ਗਿੱਲ ਜੀ ਇੰਨਾ ਵਧੀਆ ਗਾਉਂਦੇ ਨੇ, ਖੁੱਲ੍ਹ ਕੇ ਗਾਉਂਦੇ ਨੇ, ਥੋੜ੍ਹਾ ਬਹੁਤ ਤੁਸੀਂ ਵੀ ਗਾ ਲੈਂਦੇ ਹੋਣੇ? ਨਹੀਂ, ਗਾ ਤਾਂ ਲੈਂਦੇ ਹੈਗੇ ਪਰ ਹੁਣ ਮੈਂ ਭੁੱਲ ਗਿਆ ਹੁਣ। ਹਾਂਜੀ ਚਲੋ। ਅੱਛਾ ਬਲਜਿੰਦਰ ਭਾਅ ਜੀ, ਜੇ ਤੁਸੀਂ ਨਾਲ ਜਾਂਦੇ ਹੋ ਸਟੇਜ 'ਤੇ ਇਹਨਾਂ ਦਾ ਪ੍ਰੋਗਰਾਮ ਨਾਲ, ਗੀਤੇ ਗਿੱਲ ਹੁਣਾਂ ਨੂੰ ਕੰਮ ਕਰਦੇ ਹੋ, ਕੋਈ ਲੜਾਈ ਪੰਗਾ ਤਾਂ ਨਹੀਂ ਕੋਈ ਲੈਂਦਾ ਹੁਣ ਦੋਨੋਂ ਭਲਵਾਨ ਨੇ ਪੰਗਾ? ਨਾ ਮਤਲਬ ਨਹੀਂ, ਕੋਈ ਵਿਆਹਾਂ ਦੇ ਵਿੱਚ ਕਦੀ ਕਿਸੇ ਨੇ ਪੰਗਾ ਨਹੀਂ ਲਿਆ, ਕਿਉਂ ਪਿੱਛੇ ਭਲਵਾਨ ਦਾ ਖੜੇ ਹੁੰਦੇ ਹੁੰਦੇ। ਹਾਂਜੀ ਦੀਪਕ ਜੀ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਭਾਅ ਜੀ, ਬਹੁਤ ਵਧੀਆ। ਹਾਂਜੀ, ਠੀਕ ਠਾਕ ਹੋ? ਬਹੁਤ ਵਧੀਆ। ਅੱਛਾ ਜੀ, ਕੀ ਕਹਿਣਾ ਚਾਹੁੰਦੇ ਜੀ ਅੱਜ ਇੱਥੇ ਮਾਹੌਲ ਬਣਿਆ, ਔਰ ਖਾਣੇ ਔਰ ਗਾਣੇ ਵਾਲਾ ਦੋਵਾਂ ਵਾਲਾ ਮਾਹੌਲ ਹੈ? ਸਭ ਤੋਂ ਪਹਿਲਾਂ ਤਾਂ ਜੀਤੇ ਅਤੇ ਇਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ। ਇਹਨਾਂ ਨੇ ਬਹੁਤ ਵਧੀਆ ਰੈਸਟੋਰੈਂਟ ਖੋਲ੍ਹਿਆ ਐਲ ਗਰੋਵ ਦੇ ਵਿੱਚ, ਅਤੇ ਜਿਹਦੀ ਬਹੁਤ ਇੰਡੀਅਨ ਕਮਿਊਨਿਟੀ ਨੂੰ ਲੋੜ ਸੀ ਕਾਫੀ ਟਾਈਮ ਤੋਂ। ਅੱਛਾ, ਅਤੇ ਜੀਤਾ ਤਾਂ ਹੈ ਹੀ ਨੰਬਰ 1 ਗਾਣ ਦੇ ਵਿੱਚ, ਅਤੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਪੰਜਾਬੀਆਂ ਨੂੰ ਦੋ ਹੀ ਸ਼ੌਕ ਹੁੰਦੇ ਆ, ਖਾਣ ਦਾ ਅਤੇ ਗਾਣ ਦਾ, ਅਤੇ ਮੈਨੂੰ ਲੱਗਦਾ ਕਿ ਇਹ ਦੋਨੋਂ ਚੀਜ਼ਾਂ ਸਾਡੀਆਂ ਬਹੁਤ ਵਧੀਆ ਪੂਰੀਆਂ ਹੁੰਦੀਆਂ। ਹਾਂਜੀ, ਤੁਸੀਂ ਗੁੱਸੇ 'ਚ ਕਿਉਂ ਬੈਠੇ ਇਹਨਾਂ ਪਿੱਛੇ ਦੱਸੋ, ਕਿਹਨਾਂ ਨਾਲ ਆਏ ਜੀ ਇਹ ਦੱਸੋ, ਗੁੱਸੇ 'ਚ ਕਿਉਂ ਬੈਠੇ ਜੀ? ਤੁਸੀਂ ਮੇਰੇ ਨਾਲ ਘੂਰ ਘੂਰ ਕੇ ਦੇਖੀ ਇਹਨਾਂ। ਮੈਂ ਪੰਜਾਬੀ ਨਹੀਂ ਬੋਲ ਸਕਦੀ, ਮੈਂ ਹਿੰਦੀ ਬੋਲ। ਚਲੋ ਜੀ, ਬਹੁਤ ਬਹੁਤ ਸਵਾਗਤ ਆ ਆਪਕਾ, ਬਹੁਤ ਅੱਛੇ ਲੱਗ ਰਹੇ ਆ ਆਪ। ਥੈਂਕ ਯੂ। ਹਾਂਜੀ, ਤੁਹਾਡਾ ਕੀ ਨਾਂ? ਖੜੇ ਹੋ ਜਰਾ। ਸਤਨਾਮ ਸਿੰਘ ਜੀ। ਅੱਛਾ, ਤੁਸੀਂ ਇੱਥੇ ਕੀ ਕਰਦੇ? ਮੈਂ ਸ਼ੈਫ ਹਾਂ ਜੀ, ਮੇਨ ਸ਼ੈਫ ਹਾਂ ਇੱਥੇ। ਕੀ ਸਪੈਸ਼ਲਿਸਟ ਜੀ? ਸਪੈਸ਼ਲਿਸਟ ਜੀ ਸਾਰਾ ਕੁਝ ਬਣਾਉਣਾ, ਆਲ ਰਾਊਂਡਰ। ਅੱਛਾ, ਤੇ ਪਰਸੋਂ ਨੂੰ ਬਿੱਕਰ ਬਾਸ਼ਾ ਨੇ ਆਉਣਾ ਫਿਰ ਬਣਾ? ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਪੂਰੀ ਸੇਵਾ ਕਰਾਂਗੇ। ਬੰਦਾ ਨਿਕੰਮਾ ਜਿਹਾ ਹੀ ਆ ਉਹ? ਨਹੀਂ, ਕੋਈ ਗੱਲ ਨਹੀਂ ਜੀ। ਠੀਕ ਹੈ, ਓਕੇ।
ਬੱਗਾ ਜੀ ਉਧਰ ਕੱਲ ਬਿਕਰ ਬਾਦਸ਼ਾਹ ਫਿਰਦਾ ਸੀ ਉੱਥੇ ਬਿਕਰ ਬਾਦਸ਼ਾਹ ਜੀ ਵਿਚਾਰਿਆ ਕੋਈ ਚੱਕ ਚੁੱਕ ਤਾਂ ਲੱਗਿਆ ਬਚ ਗਿਆ ਜੀ ਬਚ ਗਿਆ ਅੱਛਾ ਚਾਹ ਪਾਣੀ ਕਰਦਾ ਸੀ ਨਾ ਅੱਛਾ ਮੈਨੂੰ ਤੁਹਾਡੇ ਬਾਰੇ ਪਤਾ ਲੱਗਾ ਵੀ ਜੋ ਤੁਹਾਨੂੰ ਗੁੱਸਾ ਆਉਂਦਾ ਤੁਸੀਂ ਸੋਨੇ ਦੀ ਚੀਜ਼ ਗਿਫਟ ਕਰਦੇ ਹੋ ਗੁੱਸਾ ਕਦੋਂ ਆਉਂਦਾ ਤੁਹਾਨੂੰ ਕਿੱਦਾਂ ਆ ਸਕਦਾ ਗੁੱਸਾ ਇਹ ਤੁਸੀਂ ਉੱਥੇ ਟਰਾਈ ਕਰਕੇ ਦੇਖ ਲਓ ਇਹ ਗੁੱਸਾ ਨਹੀਂ ਕਦੇ ਆਊਗਾ ਅੱਛਾ ਜੇ ਗੁੱਸਾ ਆ ਕੇ ਫਿਰ ਸੋਨੇ ਦੀ ਚੀਜ਼ ਗਿਫਟ ਕਰ ਇਹ ਸੋਨੇ ਦੀ ਚੀਜ਼ ਗਿਫਟ ਕਰ ਠੀਕ ਹੈ ਤੇ ਅੱਜ ਕਿਵੇਂ ਇਹ ਆਪਣਾ ਤੰਦੂਰੀ ਫਲੇਮ ਬਹੁਤ ਵਧੀਆ ਜੀ ਆਪਣੇ ਜੀਤਾ ਗੱਲ ਉਹਨਾਂ ਨੂੰ ਬਹੁਤ ਮੁਬਾਰਕਾਂ ਅੱਜ ਇਹਨਾਂ ਦੀ ਗ੍ਰੈਂਡ ਓਪਨਿੰਗ ਤੇ ਆਏ ਆ ਤੇ ਆਪਣੀ ਇੰਡੀਅਨ ਕਮਿਊਨਿਟੀ ਨੂੰ ਪੰਜਾਬੀ ਫੂਡ ਦੀ ਬਿਲਕੁਲ ਪੰਜਾਬ ਦੇ ਫੂਡ ਦੀ ਲੋੜ ਸੀ ਤੇ ਇੱਥੇ ਪੂਰਾ ਆਪਣਾ ਵਧੀਆ ਬਣਾਇਆ ਵਧੀਆ ਕਰ ਰਹੇ ਜੀ ਹਾਂਜੀ ਤੁਹਾਡਾ ਕੀ ਨਾਮ ਜੀ ਸੁਨੀਤਾ ਜੀ ਸੁਨੀਤਾ ਸ਼ਰਮਾ ਹਾਂਜੀ ਸੁਨੀਤਾ ਸ਼ਰਮਾ ਜੀ ਕਿਵੇਂ ਲੱਗ ਰਿਹਾ ਇੱਥੇ ਬਹੁਤ ਵਧੀਆ ਲੱਗ ਰਿਹਾ ਕੋਈ ਗਾਉਣ ਦਾ ਸ਼ੌਕ ਸ਼ਿਕਾਇਤ ਕੋਈ ਜੀਤਾ ਗਿੱਲ ਮੇਰਾ ਫੇਵਰਿਟ ਸਿੰਗਰ ਹੈ ਵੈਸੇ ਵੀ ਅੱਛਾ ਤੁਹਾਨੂੰ ਨਹੀਂ ਗਾਉਣ ਦਾ ਸ਼ੌਕ ਨਹੀਂ ਅੱਛਾ ਹਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਡਾਈਟਿੰਗ ਤੇ ਲੱਗਦੇ ਹੋ ਖੜੇ ਹੋ ਜੋ ਹਾਂਜੀ ਕੀ ਨਾਮ ਦੱਸ ਦਿਓ ਚਲੋ ਅੰਜਨਾ ਰੰਧਾਵਾ ਅੰਜਨਾ ਰੰਧਾਵਾ ਜੀ ਹਾਂਜੀ ਠੀਕ ਠਾਕ ਠੀਕ ਠਾਕ ਹੋ ਨਾ ਹਾਂਜੀ ਵਧੀਆ ਲੱਗ ਰਿਹਾ ਇੱਥੇ ਖਾਣਾ ਇੱਥੇ ਤਾਂ ਨਹੀਂ ਇੱਥੇ ਖਾਂਦੇ ਕਰਕੇ ਤਾਂ ਨਹੀਂ ਹੋਈ ਸਿਹਤ ਨਹੀਂ ਇੱਥੇ ਖਾਂਦੇ ਹੋ ਗਈ ਚਲੋ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਸਭ ਦੀ ਬੜਾ ਵਧੀਆ ਮਾਹੌਲ ਇੱਥੇ ਪਰਿਵਾਰ ਆਏ ਹੋਏ ਨੇ ਸਾਡੇ ਦੋਸਤ ਮਿੱਤਰ ਆਏ ਹੋਏ ਨੇ ਯਾਨੀ ਇੱਕ ਫੈਮਿਲੀ ਨੇ ਸਾਰੇ ਜਿੰਨੇ ਵੀ ਇੱਥੇ ਮਹਿਮਾਨ ਆਏ ਨੇ ਅਕਸਰ ਜਦੋਂ ਅਸੀਂ ਕੈਲੀਫੋਰਨੀਆ ਆਉਂਦੇ ਹਾਂ ਤਾਂ ਸਾਰਿਆਂ ਨਾਲ ਮਿਲਦੇ ਵਰਤਦੇ ਹਾਂ ਗੱਲਾਂ ਬਾਤਾਂ ਹੁੰਦੀਆਂ ਇੱਕ ਪਰਿਵਾਰ ਸਾਡਾ ਹੈਗਾ ਅਤੇ ਜਸ ਪੰਜਾਬੀ ਦੇ ਅੱਜ ਘਰਾਂ ਵਿੱਚ ਬੈਠੇ ਦਰਸ਼ਕ ਜਿਹੜੇ ਨੇ ਐਲਕ ਗਰੋਵ ਤੋਂ ਲਾਈਵ ਪ੍ਰੋਗਰਾਮ ਦੇਖ ਰਹੇ ਹਾਂ ਜੀ ਅਸੀਂ ਜੀਤਾ ਗਿੱਲ ਸਾਹਿਬ ਨਾਲ ਨੇ ਉਹਨਾਂ ਦਾ ਪਰਿਵਾਰ ਨਾਲ ਹੈ ਉਹਨਾਂ ਦੇ ਇਸ ਰੈਸਟੋਰੈਂਟ ਦੇ ਵਿੱਚੋਂ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਫਿਲਹਾਲ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਾਂਗੇ ਦੇਖ ਰਹੇ ਹੋ ਜਸ ਪੰਜਾਬੀ